ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਡਲਜ ਲਰਨਿੰਗ ਪੁਆਇੰਟ 'ਤੇ ਜੀ। ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਜੀ ETT 99 ਪੰਜਾਬੀ ਪੇਪਰ ਏ MCQ ਸੀਰੀਜ਼ ਦਾ ਲੈਕਚਰ ਨੰਬਰ 2 ਲੈ ਕੇ ਆ ਰਹੇ ਹਾਂ ਜੀ। ਇਹ ਸਾਡੇ ਟੈਲੀਗ੍ਰਾਮ ਚੈਨਲ ਦਾ ਲਿੰਕ ਹੈ ਜੀ। ਅਗਰ ਕਿਸੇ ਵੀ ਤਰ੍ਹਾਂ ਦੀ ਕੋਈ ਜੋਬ ਦੀ ਇਨਫੋਰਮੇਸ਼ਨ ਚਾਹੀਦੀ ਹੈ ਜੀ, ਉਹਦੇ ਲਈ ਸਾਡੇ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰੋ ਜੀ। ਅਤੇ ਅਸੀਂ ਇੱਕ ETT 99 ਪੰਜਾਬੀ ਪੇਪਰ ਦਾ ਫੁੱਲ ਸਿਲੇਬਸ ਦਾ ਮੋਕ ਟੈਸਟ ਲੈ ਕੇ ਆ ਰਹੇ ਹਾਂ ਜੀ, ਜਿਹਦੇ ਵਿੱਚ ਕਿ 2 ਮੋਕ ਟੈਸਟ ਹੋਣਗੇ ਜੀ। ਉਹਨਾਂ ਦਾ ਪ੍ਰਾਈਜ਼ ਹੋਏਗਾ ਜੀ 149। ਅਗਰ ਕੋਈ ਵੀ ਸਟੂਡੈਂਟ ਮੋਕ ਟੈਸਟ ਦੇਣਾ ਚਾਹੁੰਦਾ ਹੈ ਜੀ ਤਾਂ ਮੋਬਾਈਲ ਨੰਬਰ 'ਤੇ ਮੈਸੇਜ ਕਰ ਦਿਓ। ਮੋਬਾਈਲ ਨੰਬਰ ਹੈ ਜੀ 9814734188। ਇਹਦੇ 'ਤੇ ਮੈਸੇਜ ਕਰਕੇ ਇਨਫੋਰਮੇਸ਼ਨ ਲੈ ਸਕਦੇ ਹੋ ਜੀ। ਸ਼ੁਰੂ ਕਰਦੇ ਹਾਂ ਜੀ ਅੱਜ ਦੀ ਵੀਡੀਓ। ਕੁਸ਼ਚਨ ਨੰਬਰ 1 ਜੀ, ਬੋਲੀ ਕਿੰਨੇ ਤਰ੍ਹਾਂ ਦੀ ਹੁੰਦੀ ਹੈ? ਆਪਸ਼ਨ ਏ 4, ਆਪਸ਼ਨ ਬੀ 6, ਆਪਸ਼ਨ ਸੀ 5, ਆਪਸ਼ਨ ਡੀ 2। ਰਾਈਟ ਆਨਸਰ ਹੈ ਜੀ ਇਹਦਾ ਜੀ ਆਪਸ਼ਨ ਨੰਬਰ ਡੀ 2। ਬੋਲੀ 2 ਤਰ੍ਹਾਂ ਦੀ ਹੁੰਦੀ ਹੈ ਜੀ। ਇੱਕ ਤਾਂ ਹੁੰਦੀ ਹੈ ਜੀ ਆਮ ਬੋਲਚਾਲ ਦੀ ਬੋਲੀ, ਦੂਜੀ ਹੁੰਦੀ ਹੈ ਜੀ ਸਾਹਿਤਕ ਜਾਂ ਟਕਸਾਲੀ ਬੋਲੀ। ਅਗਲਾ ਕੁਸ਼ਚਨ ਜੀ, ਮਾਝੀ ਬੋਲੀ ਹੇਠਾਂ ਦਿੱਤੇ ਕਿਹੜੇ ਜ਼ਿਲ੍ਹੇ ਵਿੱਚ ਬੋਲੀ ਜਾਂਦੀ ਹੈ? ਆਪਸ਼ਨ ਏ ਲੁਧਿਆਣਾ, ਆਪਸ਼ਨ ਬੀ ਗੁਰਦਾਸਪੁਰ, ਆਪਸ਼ਨ ਸੀ ਫਤਿਹਗੜ੍ਹ ਸਾਹਿਬ, ਆਪਸ਼ਨ ਡੀ ਅਨੰਦਪੁਰ ਸਾਹਿਬ। ਰਾਈਟ ਆਨਸਰ ਹੈ ਜੀ ਇਹਦਾ ਆਪਸ਼ਨ ਨੰਬਰ ਬੀ ਗੁਰਦਾਸਪੁਰ। ਮਾਝੀ ਬੋਲੀ ਗੁਰਦਾਸਪੁਰ ਵਿੱਚ ਬੋਲੀ ਜਾਂਦੀ ਹੈ ਜੀ, ਲੁਧਿਆਣੇ ਦੇ ਵਿੱਚ ਮਲਵਈ ਬੋਲੀ ਜਾਂਦੀ ਹੈ ਜੀ, ਅਤੇ ਫਤਿਹਗੜ੍ਹ ਸਾਹਿਬ ਦੇ ਵਿੱਚ ਵੀ ਪੁਆਧੀ, ਅਨੰਦਪੁਰ ਸਾਹਿਬ ਦੇ ਵਿੱਚ ਵੀ ਪੁਆਧੀ ਬੋਲੀ ਬੋਲੀ ਜਾਂਦੀ ਹੈ ਜੀ। ਅਗਲਾ ਕੁਸ਼ਚਨ ਜੀ, ਬੋਲਚਾਲ ਦੀ ਬੋਲੀ ਕਿਸ ਨੂੰ ਆਖਦੇ ਹਨ? ਆਪਸ਼ਨ ਏ ਪ੍ਰਦੇਸ਼ ਦੀ ਬੋਲੀ ਨੂੰ, ਆਪਸ਼ਨ ਬੀ ਦੇਸ਼ ਦੀ ਬੋਲੀ ਨੂੰ, ਆਪਸ਼ਨ ਸੀ ਖਾਸ ਇਲਾਕੇ ਦੀ ਬੋਲੀ ਨੂੰ, ਆਪਸ਼ਨ ਡੀ ਸਾਰੇ ਇਲਾਕਿਆਂ ਦੀ ਬੋਲੀ ਨੂੰ। ਰਾਈਟ ਆਨਸਰ ਹੈ ਜੀ ਇਹਦਾ ਆਪਸ਼ਨ ਨੰਬਰ ਸੀ ਖਾਸ ਇਲਾਕੇ ਦੀ ਬੋਲੀ ਨੂੰ। ਅਗਲਾ ਕੁਸ਼ਚਨ ਜੀ, ਮਾਤ ਭਾਸ਼ਾ ਕਿਸ ਨੂੰ ਕਿਹਾ ਜਾਂਦਾ ਹੈ? ਆਪਸ਼ਨ ਏ ਉਪਭਾਸ਼ਾ, ਆਪਸ਼ਨ ਬੀ ਮਾਂ ਬੋਲੀ, ਆਪਸ਼ਨ ਸੀ ਉਪਰਾਸ਼ਟਰੀ ਬੋਲੀ, ਆਪਸ਼ਨ ਡੀ ਰਾਸ਼ਟਰੀ ਬੋਲੀ। ਰਾਈਟ ਆਨਸਰ ਹੈ ਜੀ ਇਹਦਾ ਆਪਸ਼ਨ ਨੰਬਰ ਬੀ ਮਾਂ ਬੋਲੀ। ਮਾਂ ਬੋਲੀ ਨੂੰ ਹੀ ਮਾਤ ਭਾਸ਼ਾ ਕਿਹਾ ਜਾਂਦਾ ਹੈ ਜੀ। ਪੰਜਾਬ ਦੀ ਮਾਂ ਬੋਲੀ ਹੈ ਜੀ ਪੰਜਾਬੀ। ਲਿਖਤੀ ਬੋਲੀ ਦੀ ਵਿਸ਼ੇਸ਼ਤਾ ਕੀ ਹੈ? ਆਪਸ਼ਨ ਏ ਖਾਸ ਰੂਪ, ਆਪਸ਼ਨ ਬੀ ਸ਼ੁੱਧ ਰੂਪ, ਆਪਸ਼ਨ ਸੀ ਅਸ਼ੁੱਧ ਰੂਪ, ਆਪਸ਼ਨ ਡੀ ਆਮ ਰੂਪ। ਰਾਈਟ ਆਨਸਰ ਹੈ ਜੀ ਇਹਦਾ ਆਪਸ਼ਨ ਨੰਬਰ ਬੀ ਸ਼ੁੱਧ ਰੂਪ। ਭਾਰਤੀ ਸੰਵਿਧਾਨ ਵਿੱਚ ਕਿੰਨੀਆਂ ਬੋਲੀਆਂ ਪ੍ਰਚਲਿਤ ਹਨ? ਆਪਸ਼ਨ ਏ 12, ਆਪਸ਼ਨ ਬੀ 26, ਆਪਸ਼ਨ ਸੀ 14, ਆਪਸ਼ਨ ਡੀ 22। ਰਾਈਟ ਆਨਸਰ ਹੈ ਜੀ ਇਹਦਾ ਜੀ ਆਪਸ਼ਨ ਨੰਬਰ ਡੀ 22। ਭਾਰਤੀ ਸੰਵਿਧਾਨ ਵਿੱਚ 22 ਬੋਲੀਆਂ ਪ੍ਰਚਲਿਤ ਹਨ ਜੀ। ਕਿਹੜੀ ਭਾਸ਼ਾ ਦੂਜੇ ਦੇਸ਼ਾਂ ਨਾਲ ਸੰਬੰਧ ਕਾਇਮ ਕਰਨ ਵਿੱਚ ਸਹਾਇਕ ਹੁੰਦੀ ਹੈ? ਆਪਸ਼ਨ ਏ ਹਿੰਦੀ, ਆਪਸ਼ਨ ਬੀ ਪੰਜਾਬੀ, ਆਪਸ਼ਨ ਸੀ ਉਰਦੂ, ਆਪਸ਼ਨ ਡੀ ਇੰਗਲਿਸ਼। ਰਾਈਟ ਆਨਸਰ ਹੈ ਜੀ ਇਹਦਾ ਆਪਸ਼ਨ ਨੰਬਰ ਡੀ ਇੰਗਲਿਸ਼। ਅਤੇ ਇਹ ਸਾਡੇ
ਇੰਟਰਨੈਸ਼ਨਲ ਲੈਂਗੁਏਜ ਵੀ ਹੈਗੀ ਹੈ ਜੀ ਇੰਗਲਿਸ਼। ਭਾਸ਼ਾ ਕਿਸ ਦਾ ਸਾਧਨ ਹੈ? ਆਪਸ਼ਨ ਏ ਆਵਾਜਾਈ ਦਾ, ਆਪਸ਼ਨ ਬੀ ਸੌਣ ਦਾ, ਆਪਸ਼ਨ ਸੀ ਖੇਡਣ ਦਾ, ਜਾਂ ਆਪਸ਼ਨ ਡੀ ਸੰਚਾਰ ਦਾ। ਰਾਈਟ ਆਂਸਰ ਹੈ ਜੀ ਇਹਦਾ ਆਪਸ਼ਨ ਨੰਬਰ ਡੀ ਸੰਚਾਰ ਦਾ। ਮਾਂ ਬੋਲੀ ਅਸੀਂ ਕਿੱਥੋਂ ਸਿੱਖ ਸਕਦੇ ਹਾਂ? ਆਪਸ਼ਨ ਏ ਟੀਵੀ ਤੋਂ, ਆਪਸ਼ਨ ਬੀ ਕਿਤਾਬਾਂ ਤੋਂ, ਆਪਸ਼ਨ ਸੀ ਪਰਿਵਾਰ ਵਿੱਚੋਂ, ਆਪਸ਼ਨ ਡੀ ਸਕੂਲ ਵਿੱਚੋਂ। ਰਾਈਟ ਆਂਸਰ ਹੈ ਜੀ ਇਹਦਾ ਆਪਸ਼ਨ ਨੰਬਰ ਸੀ ਪਰਿਵਾਰ ਵਿੱਚੋਂ। ਉਪਭਾਸ਼ਾ ਕਿਸ ਨੂੰ ਕਹਿੰਦੇ ਹਨ? ਆਪਸ਼ਨ ਏ ਅੰਤਰਰਾਸ਼ਟਰੀ ਭਾਸ਼ਾ, ਆਪਸ਼ਨ ਬੀ ਉਪਬੋਲੀ, ਆਪਸ਼ਨ ਸੀ ਰਾਜ ਭਾਸ਼ਾ, ਆਪਸ਼ਨ ਡੀ ਪੰਜਾਬੀ। ਰਾਈਟ ਆਂਸਰ ਹੈ ਜੀ ਇਹਦਾ ਆਪਸ਼ਨ ਨੰਬਰ ਬੀ ਉਪਬੋਲੀ। ਉਪਬੋਲੀ ਨੂੰ ਹੀ ਉਪਭਾਸ਼ਾ ਕਿਹਾ ਜਾਂਦਾ ਹੈ ਜੀ। ਪੰਜਾਬੀ ਦੀਆਂ ਕਿੰਨੀਆਂ ਉਪਬੋਲੀਆਂ ਹਨ ਜੀ? ਚਾਰ। ਕਿਹੜੀਆਂ ਕਿਹੜੀਆਂ ਜੀ? ਇੱਕ ਤਾਂ ਮਾਝੀ ਹੈ ਜੀ, ਇੱਕ ਮਲਵਈ, ਇੱਕ ਦੁਆਬੀ, ਇੱਕ ਪੁਆਧੀ। ਚਾਰ ਹਨ ਜੀ। ਦੁਆਬੀ ਭਾਸ਼ਾ ਇਹਨਾਂ ਵਿੱਚੋਂ ਕਿਸ ਇਲਾਕੇ ਵਿੱਚ ਬੋਲੀ ਜਾਂਦੀ ਹੈ? ਆਪਸ਼ਨ ਏ ਜਲੰਧਰ, ਆਪਸ਼ਨ ਬੀ ਪਟਿਆਲਾ, ਆਪਸ਼ਨ ਸੀ ਬਰਨਾਲਾ, ਆਪਸ਼ਨ ਡੀ ਲੁਧਿਆਣਾ। ਰਾਈਟ ਆਂਸਰ ਹੈ ਜੀ ਇਹਦਾ ਆਪਸ਼ਨ ਨੰਬਰ ਏ ਜਲੰਧਰ। ਦੁਆਬੀ ਭਾਸ਼ਾ ਜਲੰਧਰ ਵਿੱਚ ਬੋਲੀ ਜਾਂਦੀ ਹੈ ਜੀ। ਅਗਲਾ ਕੁਸ਼ਚਨ ਹੈ ਜੀ, ਪੰਜਾਬ ਦੀ ਰਾਜ ਭਾਸ਼ਾ ਕਿਹੜੀ ਹੈ? ਆਪਸ਼ਨ ਏ ਹਿੰਦੀ, ਆਪਸ਼ਨ ਬੀ ਪੰਜਾਬੀ, ਆਪਸ਼ਨ ਸੀ ਕੰਨੜ, ਆਪਸ਼ਨ ਡੀ ਗੁਜਰਾਤੀ। ਰਾਈਟ ਆਂਸਰ ਹੈ ਜੀ ਇਹਦਾ ਆਪਸ਼ਨ ਨੰਬਰ ਬੀ ਪੰਜਾਬੀ। ਪੰਜਾਬ ਦੀ ਰਾਜ ਭਾਸ਼ਾ ਪੰਜਾਬੀ ਹੈ ਜੀ। ਅਗਲਾ ਕੁਸ਼ਚਨ ਜੀ, ਪੰਜਾਬੀ ਦੀ ਟਕਸਾਲੀ ਭਾਸ਼ਾ ਕਿਹੜੀ ਹੈ? ਆਪਸ਼ਨ ਏ ਦੁਆਬੀ, ਆਪਸ਼ਨ ਬੀ ਮਲਵਈ, ਆਪਸ਼ਨ ਸੀ ਮਾਝੀ, ਆਪਸ਼ਨ ਡੀ ਪੋਠੋਹਾਰੀ। ਰਾਈਟ ਆਂਸਰ ਹੈ ਜੀ ਇਹਦਾ ਆਪਸ਼ਨ ਨੰਬਰ ਸੀ ਮਾਝੀ। ਪੰਜਾਬ ਦੀ ਟਕਸਾਲੀ ਭਾਸ਼ਾ ਮਾਝੀ ਹੈ ਜੀ। ਮਲਵਈ ਹੇਠ ਲਿਖੇ ਕਿਸ ਇਲਾਕੇ ਵਿੱਚ ਬੋਲੀ ਜਾਂਦੀ ਹੈ? ਆਪਸ਼ਨ ਏ ਫਾਜ਼ਿਲਕਾ, ਆਪਸ਼ਨ ਬੀ ਬਰਨਾਲਾ, ਆਪਸ਼ਨ ਸੀ ਲੁਧਿਆਣਾ, ਆਪਸ਼ਨ ਡੀ ਸਾਰੇ ਹੀ ਠੀਕ ਹਨ। ਰਾਈਟ ਆਂਸਰ ਹੈ ਜੀ ਇਹਦਾ ਆਪਸ਼ਨ ਨੰਬਰ ਡੀ ਸਾਰੇ ਹੀ ਠੀਕ ਹਨ। ਅਗਲਾ ਕੁਸ਼ਚਨ ਜੀ, ਭਾਰਤ ਵਿੱਚ ਕਿਹੜੀ ਭਾਸ਼ਾ ਨੂੰ ਸਰਬ ਸਾਂਝੀ ਮੰਨਿਆ ਗਿਆ ਹੈ? ਆਪਸ਼ਨ ਏ ਇੰਗਲਿਸ਼, ਆਪਸ਼ਨ ਬੀ ਹਿੰਦੀ, ਆਪਸ਼ਨ ਸੀ ਪੰਜਾਬੀ, ਆਪਸ਼ਨ ਡੀ ਉਰਦੂ। ਰਾਈਟ ਆਂਸਰ ਹੈ ਜੀ ਇਹਦਾ ਆਪਸ਼ਨ ਨੰਬਰ ਬੀ ਹਿੰਦੀ। ਭਾਰਤ ਵਿੱਚ ਹਿੰਦੀ ਨੂੰ ਸਰਬ ਸਾਂਝੀ ਭਾਸ਼ਾ ਮੰਨਿਆ ਜਾਂਦਾ ਹੈ ਜੀ। ਭਾਸ਼ਾ ਨੂੰ ਅੰਕਿਤ ਕਰਨ ਲਈ ਬਣਾਏ ਗਏ ਚਿੰਨ੍ਹਾਂ ਨੂੰ ਕੀ ਕਿਹਾ ਜਾਂਦਾ ਹੈ? ਆਪਸ਼ਨ ਏ ਸ਼ਬਦ, ਆਪਸ਼ਨ ਬੀ ਅੱਖਰ, ਆਪਸ਼ਨ ਸੀ ਵਰਨਮਾਲਾ, ਆਪਸ਼ਨ ਡੀ ਲਿਪੀ। ਰਾਈਟ ਆਂਸਰ ਹੈ ਜੀ ਇਹਦਾ ਆਪਸ਼ਨ ਨੰਬਰ ਬੀ ਅੱਖਰ। ਪੰਜਾਬੀ ਲਿਖਣ ਲਈ ਕਿਹੜੀ ਲਿਪੀ ਵਰਤੀ ਜਾਂਦੀ ਹੈ? ਆਪਸ਼ਨ ਏ ਰੋਮਨ,
ਓਪਸ਼ਨ ਬੀ ਦੇਵਨਾਗਰੀ, ਓਪਸ਼ਨ ਸੀ ਗੁਰਮੁਖੀ, ਓਪਸ਼ਨ ਡੀ ਫਾਰਸੀ। ਰਾਈਟ ਆਂਸਰ ਹੈ ਜੀ ਇਹਦਾ ਓਪਸ਼ਨ ਨੰਬਰ ਸੀ ਗੁਰਮੁਖੀ। ਪੰਜਾਬੀ ਲਿਖਣ ਦੇ ਲਈ ਗੁਰਮੁਖੀ ਲਿਪੀ ਵਰਤੀ ਜਾਂਦੀ ਹੈ ਜੀ। ਰੋਮਨ ਲਿਪੀ ਦਾ ਵਰਤੋਂ ਜੀ ਇੰਗਲਿਸ਼ ਲਿਖਣ ਵਾਸਤੇ ਕੀਤੀ ਜਾਂਦੀ ਹੈ ਜੀ। ਦੇਵਨਾਗਰੀ ਦੀ ਵਰਤੋਂ ਹਿੰਦੀ ਲਿਖਣ ਵਾਸਤੇ ਕੀਤੀ ਜਾਂਦੀ ਹੈ ਜੀ। ਫਾਰਸੀ ਆਪ ਇੱਕ ਭਾਸ਼ਾ ਹੈਗੀ ਹੈ ਜੀ, ਫਾਰਸੀ ਲਿਖਣ ਲਈ ਸ਼ਾਹਮੁਖੀ ਦੀ ਵਰਤੋਂ ਕੀਤੀ ਜਾਂਦੀ ਹੈ ਜੀ। ਗੁਰਮੁਖੀ ਵਰਨਮਾਲਾ ਵਿੱਚ ਮੂਲ ਸਵਰ ਕਿਹੜੇ ਹਨ? ਓਪਸ਼ਨ ਏ ਚੱਚਾ ਜੱਜਾ ਛੱਛਾ, ਓਪਸ਼ਨ ਬੀ ਕੱਕਾ ਕੱਖਾ ਗੱਗਾ, ਓਪਸ਼ਨ ਸੀ ਯਾਰਾ ਰਾਰਾ ਲੱਲਾ, ਓਪਸ਼ਨ ਡੀ ਊੜਾ ਐੜਾ ਈੜੀ। ਰਾਈਟ ਆਂਸਰ ਹੈ ਜੀ ਇਹਦਾ ਓਪਸ਼ਨ ਨੰਬਰ ਡੀ ਊੜਾ ਐੜਾ ਅਤੇ ਈੜੀ। ਤਿੰਨ ਮੂਲ ਸਵਰ ਹੁੰਦੇ ਹਨ ਜੀ ਪੰਜਾਬੀ ਦੇ ਵਿੱਚ, ਊੜਾ ਐੜਾ ਈੜੀ ਤੋਂ ਇਲਾਵਾ ਬਾਕੀ ਅੱਖਰਾਂ ਨੂੰ ਕੀ ਕਿਹਾ ਜਾਂਦਾ ਹੈ? ਓਪਸ਼ਨ ਏ ਸਵਰਵਾਹਕ, ਓਪਸ਼ਨ ਬੀ ਵਿਅੰਜਨ, ਓਪਸ਼ਨ ਸੀ ਅਰਧ ਸਵਰ, ਓਪਸ਼ਨ ਡੀ ਨਾਸਕੀ ਵਿਅੰਜਨ। ਰਾਈਟ ਆਂਸਰ ਹੈ ਜੀ ਇਹਦਾ ਓਪਸ਼ਨ ਨੰਬਰ ਬੀ ਵਿਅੰਜਨ। ਊੜਾ ਐੜਾ ਈੜੀ ਨੂੰ ਛੱਡ ਕੇ ਬਾਕੀ ਸਾਰੇ ਵਿਅੰਜਨ ਹੁੰਦੇ ਹਨ ਜੀ। ਗੁਰਮੁਖੀ ਵਿੱਚ ਵਾਵੇ ਅਤੇ ਯਾਜੇ ਨੂੰ ਕੀ ਕਿਹਾ ਜਾਂਦਾ ਹੈ? ਓਪਸ਼ਨ ਏ ਸਵਰ, ਓਪਸ਼ਨ ਬੀ ਵਿਅੰਜਨ, ਓਪਸ਼ਨ ਸੀ ਅਰਧ ਸਵਰ, ਓਪਸ਼ਨ ਡੀ ਨਾਸਕੀ। ਰਾਈਟ ਆਂਸਰ ਹੈ ਜੀ ਇਹਦਾ ਓਪਸ਼ਨ ਨੰਬਰ ਸੀ ਅਰਧ ਸਵਰ। ਵਾਵੇ ਅਤੇ ਯਾਜੇ ਨੂੰ ਅਰਧ ਸਵਰ ਕਿਹਾ ਜਾਂਦਾ ਹੈ ਜੀ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਜੀ ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਿਆ ਜੀ। ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਜੀ। ਥੈਂਕ ਯੂ।